ਜਾਂਦਾ ਪੁਲਿਸ ਵੱਲੋਂ ਕੀ ਕਾਰਨ ਕੀ ਰਹੇ ਸੀਗੇ ਤੇ ਹੁਣ ਤੁਹਾਨੂੰ ਜ਼ਮਾਨਤ ਵੀ ਮਿਲ ਗਈ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੇ ਰਾਜਨੀਤਿਕ ਰੰਜਿਸ਼ ਦੇ ਕਾਰਨ ਕਿਉਂਕਿ ਸ਼ਿਵ ਸੈਨਾ ਪੰਜਾਬ 'ਚ ਬਹੁਤ ਤਕੜੀ ਹੋ ਚੁੱਕੀ ਹੈ 40-50 ਵਿਧਾਨ ਸਭਾ ਹਲਕਿਆਂ 'ਚ ਕੰਮ ਕਰ ਰਹੀ ਹੈ ਔਰ ਇਹ ਸਰਕਾਰ ਜਿਹੜੀ ਹੈ ਪਿਓਰ ਖਾਲਿਸਤਾਨੀਆਂ ਦੀ ਸਰਕਾਰ ਹੈ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਇਹਦਾ ਵੀ ਸ਼ਿਵ ਸੈਨਾ 'ਚ ਕਿਉਂ ਤਕੜੀ ਹੋ ਰਹੀ ਹੈ ਪੰਜਾਬ ਦੇ ਕੋਈ ਹੋਰ ਰਾਜਨੀਤਿਕ ਦਲ ਕਿਉਂ ਵੱਡਾ ਹੋ ਰਿਹਾ ਜਦਕਿ ਮੈਂ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ ਕੁਛ ਨਹੀਂ ਦਿੱਤਾ ਮੈਂ ਉਹ ਪਰਮਾਤਮਾ ਨੂੰ ਅਰਦਾਸ ਕੀਤੀ ਸੀ ਕਿ ਸਾਡਾ ਪੰਜਾਬ ਜਿਹੜਾ ਸੰਤਾਂ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਖਾਲਿਸਤਾਨੀਆਂ ਦੀ ਲੋੜ ਨਹੀਂ ਹੈਗੀ ਇਹ ਇੱਥੇ ਰਣਜੀਤ ਸਿੰਘ ਮਾਨ ਅਤੇ ਕਹਿੰਦਾ ਜਿਹੜੇ ਗੁਰਵੰਤ ਪੰਨੂ ਵਰਗੇ ਆ ਨਿੱਜਰ ਵਰਗੇ ਆ ਵੀ ਇਹਨਾਂ ਨੂੰ ਤੂੰ ਆਪਣੇ ਕੋਲ ਹੀ ਰੱਖੀ ਉੱਥੇ ਇਹਨਾਂ ਨੂੰ ਕੋਈ ਜਗ੍ਹਾ ਦੇ ਮੈਂ ਕਿਸੇ ਸਮੁਦਾਇ ਦੇ ਖਿਲਾਫ਼ ਨਹੀਂ ਬੋਲਿਆ ਸੀ ਕਿਸੇ ਸੰਪਰਦਾਇ ਦੇ ਖਿਲਾਫ਼ ਨਹੀਂ ਬੋਲਿਆ ਹਾਂਜੀ ਨਜਾਇਜ਼ ਪਰਚਾ ਦਿੱਤਾ ਹਾਂਜੀ ਉਸ ਤੋਂ ਬਾਅਦ ਸਾਡੇ ਵਕੀਲਾਂ ਨੇ ਜੋ ਜੱਜ ਸਾਹਿਬ ਨੂੰ ਕਨਵਿੰਸ ਕਰਾਇਆ ਤਾਂ ਦੁਪਹਿਰ ਬਾਅਦ ਮੈਨੂੰ ਜੱਜ ਸਾਹਿਬ ਨੇ ਜ਼ਮਾਨਤ ਦਿੱਤੀ ਕਹਿੰਦਾ ਇਹ ਪਰਚਾ ਬਿਲਕੁਲ ਗਲਤ ਹੈ ਪਰਚਾ ਨਜਾਇਜ਼ ਦਿੱਤਾ ਰਾਜਨੀਤਿਕ ਰੰਜਿਸ਼ ਕਰਕੇ ਦਿੱਤਾ ਗਿਆ ਬਾਕੀ ਗੱਲ ਮੈਂ ਹੋਰ ਕਹੂੰਗਾ ਕਿ ਖਾਲਿਸਤਾਨ ਮੁਰਦਾਬਾਦ ਸੀ ਖਾਲਿਸਤਾਨ ਮੁਰਦਾਬਾਦ ਹੈ ਖਾਲਿਸਤਾਨ ਮੁਰਦਾਬਾਦ ਰਹੇਗਾ ਖਾਲਿਸਤਾਨ ਦਾ ਔਰ ਖਾਲਿਸਤਾਨੀਆਂ ਦਾ ਸ਼ਿਵ ਸੈਨਾ ਔਰ ਮੈਂ ਅਸੀਂ ਡਟ ਕੇ ਵਿਰੋਧ ਕੀਤਾ ਤੇ ਡਟ ਕੇ ਵਿਰੋਧ ਕਰਾਂਗੇ ਕਿਤੇ ਕਦੇ ਵੀ ਪਿੱਛੇ ਨਹੀਂ ਹਟਾਂਗੇ ਅਸੀਂ ਗੁਰਪਤਵੰਤ ਸਿੰਘ ਪੰਨੂ ਜਦੋਂ ਮੈਂ ਪਰਮਾਤਮਾ ਨੂੰ ਅਰਦਾਸ ਕੀਤੀ ਸੀ ਕਿ ਇਹਨਾਂ ਖਾਲਿਸਤਾਨੀਆਂ ਨੂੰ ਆਪਣੇ ਕੋਲ ਰੱਖ ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਿਆ ਕਿਸੇ ਸਿੱਖ ਦੇ ਖਿਲਾਫ਼ ਨਹੀਂ ਬੋਲਿਆ ਕਿਸੇ ਖਾਲਿਸਤਾਨੀ ਦੇ ਖਿਲਾਫ਼ ਨਹੀਂ ਬੋਲਿਆ ਮੈਂ ਤਾਂ ਪਰਮਾਤਮਾ ਨੂੰ ਆਪਦੇ ਨੂੰ ਅਰਦਾਸ ਕੀਤੀ ਸੀ ਇਹਨਾਂ ਖਾਲਿਸਤਾਨੀਆਂ ਨੂੰ ਆਪਦੇ ਕੋਲ ਹੀ ਰੱਖਣਾ ਸਾਡੇ ਪੰਜਾਬ ਦੀ ਧਰਤੀ ਤੇ ਭੇਜਣ ਦੀ ਲੋੜ ਨਹੀਂ ਹੈ ਮੰਤਰੀ ਸ਼ਿਵ ਸੈਨਾ ਦੇ ਪ੍ਰਮੁੱਖ ਸ਼੍ਰੀ ਏਕਨਾਥ ਸ਼ਿੰਦੇ ਜੀ ਦਾ ਸਾਨੂੰ ਬਹੁਤ ਵੱਡਾ ਆਸ਼ੀਰਵਾਦ ਹੈ ਔਰ ਉਹਨਾਂ ਦਾ ਸਪਸ਼ਟ ਸੰਕੇਤ ਹੈ ਕਿ ਬਾਲਾ ਸਾਹਿਬ ਠਾਕਰੇ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਘਰ ਘਰ ਪਹੁੰਚਾ ਕੇ ਪੂਰੇ ਭਾਰਤ ਦੇ ਵਿੱਚ ਸ਼ਿਵ ਸੈਨਾ ਦਾ ਪਗਮਾ ਹਰ ਘਰ ਦੇ ਉੱਪਰ ਲਹਿਰਾਉਣਾ ਅੱਜ ਵੀ ਉਹਨਾਂ ਦਾ ਮੈਨੂੰ ਬਹੁਤ ਹੌਸਲੇ ਕਰਕੇ ਹੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਇਸ ਭਗਵੰਤ ਮਾਨ ਸਰਕਾਰ ਦੀ ਆਮ ਆਦਮੀ ਸਰਕਾਰ ਦੀ ਕਹਿੰਦਾ ਇਹ ਜਿੰਨੀ ਵਾਰ ਮੈਨੂੰ ਮਰਜ਼ੀ ਅੰਦਰ ਕਰ ਲਵੇ ਖਾਲਿਸਤਾਨ ਮੁਰਦਾਬਾਦ ਸੀ ਮੁਰਦਾਬਾਦ ਰਹੇਗਾ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਕਹਿੰਦਾ ਪਰਚਾ ਦਿੱਤਾ ਗਿਆ ਮੈਂ ਕਿਸੇ ਸਮੁਦਾਇ ਦੇ ਖਿਲਾਫ਼ ਕੋਈ ਹੇਟ ਸਪੀਚ ਨਹੀਂ ਕੀਤੀ ਕਹਿੰਦਾ ਕੁਛ ਨਹੀਂ ਕੀਤਾ ਹੈਗਾ ਮੈਨੇ ਕਹਿੰਦਾ ਕੋਈ ਹੇਟ ਸਪੀਚ ਨਹੀਂ ਹੈ ਇਹਨਾਂ ਦੇ ਜਾਣ ਬੁੱਝ ਕੇ ਕਹਿੰਦਾ ਆਮ ਆਦਮੀ ਪਾਰਟੀ ਸਰਕਾਰ ਮੇਰੇ ਨਾਲ ਧੱਕਾ ਕਰ ਰਹੀ ਹੈ ਪੰਜਾਬ ਦੇ ਹਿੰਦੂਆਂ ਦੇ ਨਾਲ ਧੱਕਾ ਕਰ ਰਹੀ ਹੈ ਜਿੰਨਾ ਤੁਸੀਂ ਭੜਕਾਊ ਪੋਸਟ ਤੁਹਾਡੇ ਵੱਲੋਂ ਪਾਈ ਕੋਈ ਭੜਕਾਊ ਪੋਸਟ ਨਹੀਂ ਪਾਈ ਗਈ ਮੈਨੂੰ ਦਿਖਾ ਦੇਣ ਪ੍ਰੂਫ ਕਰ ਦੇਣ ਕਹਿੰਦਾ ਇਹ ਨਜਾਇਜ਼ ਕੀਤਾ ਰਾਜਨੀਤਿਕ ਰਾਤਾਂ ਦੀ ਦਿੱਤਾ ਕੀ ਬਣਿਆ ਕੀ ਮਾਮਲਾ ਸੀਗਾ ਕੋਈ ਮਾਮਲਾ ਨਹੀਂ ਹੈ ਗੁਰਵੰਤ ਪੰਨੂ ਦੀ ਮੌਤ ਦੀ ਜਦੋਂ ਖਬਰ ਸੋਸ਼ਲ ਮੀਡੀਆ ਦੇ ਉੱਪਰ ਆਈ ਤਾਂ ਮੈਂ ਇੱਕ ਪੋਸਟ ਪਾਈ ਸੀ ਕਿ ਖਾਲਿਸਤਾਨੀਆਂ ਨੂੰ ਪਰਮਾਤਮਾ ਆਪਣੇ ਕੋਲ ਹੀ ਰੱਖੇ ਸਾਡੇ ਪੰਜਾਬ ਦਾ ਸੰਤਾਂ ਫਕੀਰਾਂ ਦੀ ਧਰਤੀ ਹੈ ਇੱਥੇ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਹੈਗੀ ਕਹਿੰਦਾ ਕਿਸੇ ਸਿੱਖ ਸਮੁਦਾਇ ਦੇ ਖਿਲਾਫ਼ ਨਹੀਂ ਸੀ ਪਰ ਤੁਸੀਂ ਐਮਪੀ ਦਾ ਨਾਮ ਪਾਇਆ ਸੀ ਜੀ ਵਿੱਚ ਰਾਜਨੀਤਿਕ ਐਮਪੀ ਦਾ ਨਾਮ ਵੀ ਪਾਇਆ ਸੀ ਸਾਡਾ ਐਮਪੀ ਸਿਮਰਜੀਤ ਸਿੰਘ ਮਾਨ ਦਾ ਨਾਮ ਪਾਇਆ ਸੀ ਖਾਲਿਸਤਾਨ ਦੀ ਬੰਦ ਕਰਨ ਨਾਲ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਕੋਈ ਲੋੜ ਨਹੀਂ ਹੈ ਹੁਣ ਕੀ ਬਣਿਆ ਜੀ ਇਹਨਾਂ ਨੂੰ ਪਰਮਾਤਮਾ ਆਪਣੇ ਕੋਲ ਰੱਖੇ ਆਪਣੇ ਕੋਲ ਹੀ ਬੁਲਾਵੇ ਹੁਣ ਕੀ ਬਣਿਆ ਤੁਹਾਨੂੰ ਰਾਜਨੀਤਿਕ ਰੰਜਿਸ਼ ਕਹਿ ਰਹੇ ਹੋ ਪ੍ਰਧਾਨ ਜੀ ਜੁਡੀਸ਼ੀਅਲ ਰਿਮਾਂਡ 14 ਦਿਨ ਦੀ ਜੀ ਨਹੀਂ ਜੁਡੀਸ਼ੀਅਲ ਕਸਟਡੀ ਰਾਜਨੀਤਿਕ ਰੰਜਿਸ਼ ਤੁਸੀਂ ਕਹਿ ਰਹੇ ਹੋ ਕਿਉਂ ਕੱਢੀ ਜਾ ਰਹੀ ਹੈ ਜੀ ਉਹ ਰਾਜਨੀਤਿਕ ਰੰਜਿਸ਼ ਦਾ ਕੀ ਮਤਲਬ ਹੈ ਰਾਜਨੀਤਿਕ ਹਾਂਜੀ ਮੁੱਦਾ ਵੇਲੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਇਸ ਕਰਕੇ ਰਾਜਨੀਤਿਕ ਠੀਕ ਹੈ ਜੀ ਠੀਕ ਹੈ जय श्री राम दोस्तों मैं सब तो पहला साडे मुख्यमंत्री शिवसेना सुप्रीमो एकनाथ शिंदे जी का बहुत बहुत धन्यवादी हाँ कि अज जिमें थानू सब नू पता ही है कि पंजाब सरकार ने मेरे नाल बहुत वड्डा धक्का किया सवेरे 6 बजे पुलिस भेज के मैनू चुका लिया सीगा उन्होंने एक गलत परचा मेरे ते दर्ज करता सीगा 153A दा जदके मैं किसी सिख के खिलाफ़ एक लफ्ज़ नहीं बोलिया किसी समुदाय के खिलाफ़ एक लफ्ज़ नहीं बोलिया मैं तो अपने परमात्मा नू अरदास कीती सी कि जिस तरह कहिंदा इह नीचर मरिया खंडा मरिया होर मरे ने ਕਿ ਪਰਮਾਤਮਾ ਇਹਨਾਂ ਖਾਲਿਸਤਾਨੀਆਂ ਨੂੰ ਕਹਿੰਦਾ ਆਪਣੇ ਉੱਥੇ ਹੀ ਰੱਖੋ ਕਹਿੰਦਾ ਇਹਨਾਂ ਨੂੰ ਉੱਥੇ ਹੀ ਜਗ੍ਹਾ ਦੇ ਦਿਓ ਕਹਿੰਦਾ ਜਿਹੜੇ ਖਾਲਿਸਤਾਨੀ ਹੈਗੇ ਨੇ ਸਾਡੇ ਪੰਜਾਬ ਜਿਹੜਾ ਸੰਤਾਂ ਪੀਰਾਂ ਫਕੀਰਾਂ ਦੀ ਧਰਤੀ ਹੈ ਇਸ ਦੇ ਉੱਪਰ ਇਹਨਾਂ ਖਾਲਿਸਤਾਨੀਆਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਕਹਿੰਦਾ ਜਿਹੜੇ ਸਾਡੇ ਭਾਰਤ ਦੇ ਟੁਕੜੇ ਕਰਨ ਦੀ ਗੱਲ ਕਰਨ
ਦੇਸ਼ ਦੇ ਟੁਕੜੇ ਕਰਨ ਦੀ ਗੱਲ ਕਰਨੀ ਅਜੇ ਲੋਕਾਂ ਦੀ ਹਿੰਦੁਸਤਾਨ ਚ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਜਾਂ ਤਾਂ ਪਾਕਿਸਤਾਨ ਭੇਜ ਦਿਓ ਜਾਂ ਫਿਰ ਆਪਣੇ ਉੱਥੇ ਰੱਖੋ ਉੱਥੇ ਇਹਨਾਂ ਦਾ ਖਾਲਿਸਤਾਨ ਬਣਾ ਦਿਓ ਮੈਂ ਵਰਲਡ ਕਿਤੇ ਕਹੇ ਸੀਗੇ ਕਹਿੰਦਾ ਜਿਸ ਤੇ ਝੂਠਾ ਪਰਚਾ ਕਿ 153 ਇਹਦਾ ਦੋ ਫਿਰਕਿਆਂ ਚ ਫਸਾਦ ਕਰਾਉਣ ਦਾ ਪੰਜਾਬ ਸਰਕਾਰ ਦੇ ਇਸ਼ਾਰੇ ਦੇ ਉੱਪਰ ਪਟਿਆਲਾ ਪੁਲਿਸ ਨੇ ਮੇਰੇ ਤੇ ਦੇ ਕੇ ਸਵੇਰੇ 6 ਵਜੇ ਸੁੱਤੇ ਪਏ ਨੂੰ ਮੈਨੂੰ ਚੱਕ ਕੇ ਲੈ ਗਏ ਪਰ ਦੂਜਾ ਮੈਂ ਸਾਡੇ ਜਿਹੜਾ ਲੀਗਲ ਸੈੱਲ ਹਾਈਕੋਰਟ ਦੇ ਵਿੱਚ ਬਣਿਆ ਹੋਇਆ ਗਗਨਦੀਪ ਗੋਇਲ ਦੀ ਅਗਵਾਈ ਦੇ ਵਿੱਚ ਉਹਦਾ ਬਹੁਤ ਥੈਂਕਸ ਕਰਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਿਆਂ ਨੇ ਕਹਿੰਦਾ ਪਟਿਆਲੇ ਆ ਕੇ ਮੇਰੀ ਐਂਟੀਸਪੇਟਰੀ ਬੇਲ ਕਰਾਈ ਐਂਟੀਸਪੇਟਰੀ ਬੇਲ ਕਰਾ ਕੇ ਹੁਣ ਮੈਂ ਆਜ਼ਾਦ ਇੱਥੇ ਪਠਾਨਕੋਟ ਦੇ ਵਿੱਚ ਅਮਿਤ ਅਗਰਵਾਲ ਜੀ ਦੇ ਅਸ਼ਵਨੀ ਜੋੜਾ ਜੀ ਦੇ ਕੋਲ ਇੱਥੇ ਦੀ ਟੀਮ ਦੇ ਕੋਲ ਬੈਠਾ ਰਵਿੰਦਰ ਸੋਨੀ ਜੀ ਬੈਠੇ ਆ ਮੇਰੇ ਨਾਲ ਮੇਰੇ ਭਰਾ ਨੇ ਛੋਟੇ ਹਾਂਜੀ ਅਤੇ ਵੀ ਸਰਕਾਰ ਧੱਕਾ ਕਰ ਰਹੀ ਹੈ ਲੇਕਿਨ ਕਾਨੂੰਨ 'ਤੇ ਸਾਨੂੰ ਇੰਨਾ ਵਿਸ਼ਵਾਸ ਹੈ ਕਿ ਕਾਨੂੰਨ ਨੇ ਨਿਆਂ ਦਿੰਦੇ ਹੋਏ ਦੇਖਿਆ ਕਹਿੰਦਾ ਵੀ ਕੋਈ ਪਰਚਾ ਬਣਦਾ ਹੀ ਨਹੀਂ ਹੈਗਾ ਤਾਂ ਐਂਟੀਸਪੇਟਰੀ ਬੇਲ ਮੇਰੀ ਕਹਿੰਦਾ ਸਾਡੇ ਪਟਿਆਲਾ ਜੱਜ ਸਾਹਿਬ ਨੇ ਕਰਤੀ ਜਦਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨੇ ਧੱਕਾ ਕੀਤਾ ਮੈਂ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਨੂੰ ਹੱਥ ਜੋੜ ਕੇ ਕਹਿੰਦਾ ਕਿ ਮਾਨ ਸਾਹਿਬ ਤੁਸੀਂ ਜਿੰਨੀ ਵਾਰ ਮਰਜ਼ੀ ਮੈਨੂੰ ਅੰਦਰ ਭੇਜ ਲਓ ਜਿੰਨੇ ਮਰਜ਼ੀ ਮੇਰੇ 'ਤੇ ਪਰਚੇ ਦੇ ਲਓ ਖਾਲਿਸਤਾਨ ਦਾ ਵਿਰੋਧ ਅਸੀਂ ਕਰਦੇ ਰਹਾਂਗੇ ਹਿੰਦੂਆਂ ਦੀ ਰਕਸ਼ਾ ਦੇ ਲਈ ਅਸੀਂ ਆਪਣੀ ਜੇਲ੍ਹ ਜਾਣਾ ਤਾਂ ਛੋਟੀ ਗੱਲ ਹੈ ਕਹਿੰਦਾ ਅਸੀਂ ਆਪਣੀ ਜਾਨ ਵੀ ਦੇ ਦਾਂਗੇ ਹਿੰਦੂ ਸਮਾਜ ਦੇ ਲਈ ਫਿਰ ਤੁਹਾਨੂੰ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਕਤਲ ਅੱਤਵਾਦੀਆਂ ਨੇ ਕੀਤੇ ਗੈਂਗਸਟਰਾਂ ਨੇ ਕੀਤੇ ਮੋਗੇ ਦੇ ਵਿੱਚ ਕਤਲ ਅਤੇ ਲੁੱਟ ਹੋਈ ਬਟਾਲੇ ਦੇ ਵਿੱਚ ਗੋਲੀਆਂ ਚੱਲੀਆਂ ਥੁਰੀ ਸਾਹਿਬ ਦਾ ਕਤਲ ਹੋਇਆ ਪ੍ਰਦੀਪ ਕੋਟਕਪੁਰੇ ਦਾ ਕਤਲ ਹੋਇਆ ਜਿੰਮੀ ਚਾਵਲੇ ਦਾ ਨਕੋਦਰ 'ਚ ਕਤਲ ਹੋਇਆ ਉਹਨਾਂ ਪਰਿਵਾਰਕਾਂ ਦੀ ਸੁੱਧ ਲਓ ਉਹਨਾਂ ਦੀ ਆਰਥਿਕ ਮਦਦ ਕਰਦੇ ਹੋਏ ਉਹਨਾਂ ਨੂੰ 5-5 ਕਰੋੜ ਰੁਪਇਆ ਦਿਓ ਨਹੀਂ ਮੈਂ ਫਿਰ ਅੰਦੋਲਨ ਕਰਾਂਗਾ ਮੈਂ ਤੁਹਾਡੇ ਇਸ ਡਰਾਬੇ ਤੋਂ ਡਰਦਾ ਨਹੀਂ ਹੈਗਾ ਅੰਦਰ ਜਾਣ ਤੋਂ ਮੈਂ ਫਿਰ ਅੰਦੋਲਨ ਕਰਾਂਗਾ ਤੁਹਾਡੀ ਸਰਕਾਰ ਦੇ ਖਿਲਾਫ ਕਹਿੰਦਾ ਇੱਕ ਵਾਰ ਫਿਰ ਮੈਂ ਆਪਣੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਕੀ ਕਹਿੰਦਾ ਸਾਰੇ ਪੰਜਾਬ ਦੇ ਹਿੰਦੂਆਂ ਨੂੰ ਸ਼ਿਵ ਸੈਨਿਕਾਂ ਨੂੰ ਅੱਜ ਇਹ ਪਤਾ ਲੱਗ ਗਿਆ ਕਿ ਸਾਡੇ ਪਿੱਛੇ ਬਾਲਾ ਸਾਹਿਬ ਠਾਕਰੇ ਦੀ ਤਰ੍ਹਾਂ ਸਾਡਾ ਏਕਨਾਥ ਸ਼ਿੰਦੇ ਕਹਿੰਦਾ ਸ਼ਿਵ ਸੈਨਾ ਦਾ ਅਸਲੀ ਲੀਡਰ ਹੈ ਅਸਲੀ ਬਾਲਾ ਸਾਹਿਬ ਦਾ ਸੱਚਾ ਸਿਪਾਹੀ ਹੈ ਉਹ ਸਾਡੇ ਪਿੱਠ 'ਤੇ ਖੜ੍ਹਾ ਸਾਡਾ ਕੋਈ ਬਾਲ ਬਿੰਦਾ ਨਹੀਂ ਕਰ ਸਕਦਾ।